ਜਲੰਧਰ ਕਮਿਸ਼ਨਰ ਪੁਲਿਸ ਹੈਵ ਅਰੈਸਟਡ ਅ ਪਰਸਨ ਹੂ ਡਿਮਾਂਡਡ ਰੈਂਸਮ ਫਰੋਮ ਅ ਨਸਲਿਸਟ ਬਾਈ ਪੋਜ਼ਿੰਗ ਐਜ਼ ਅ ਗੈਂਗਸਟਰ ਲੰਡਾ ਹਰੀਕੇ। ਦ ਐਕਿਊਜ਼ਡ ਹੈਡ ਡਿਮਾਂਡਡ ਐਕਸਟੋਰਸ਼ਨ ਆਫ 2 ਕਰੋੜ ਫਰੋਮ ਦ ਜਲੰਧਰ ਸਿਟੀ ਇੰਡਸਟਰੀਲਿਸਟ ਬਲਕਾਰ ਸਿੰਘ। ADCP ਜਲੰਧਰ ਆਦਿਤਿਆ ਸੈਡ ਦੈਟ ਦ ਕਾਲਰ ਹੈਜ਼ ਥਰੈਟਨ ਟੂ ਹਾਰਮ ਦ ਇੰਡਸਟਰੀਲਿਸਟ ਐਂਡ ਹਿਸ ਫੈਮਿਲੀ ਇਫ ਦ ਡਿਮਾਂਡ ਇਜ਼ ਨੋਟ ਫੁਲਫਿਲਡ। ਦ ਸੈਡ ਪਰਸਨ ਆਸਕ ਦ ਇੰਡਸਟਰੀਲਿਸਟ ਟੂ ਮੀਟ ਦ ਸੈਡ ਡਿਮਾਂਡ ਔਨ 5th and 6th February. After the extortion call, the Justice Balkar Singh lodged the complaint with the Jalandhar police. Jalandhar police ne ek threat case da case hai oh solve kita hai ga. Kuch din pehla ek businessman nu threat aayi hai si ji Landa Rikke de naam di 2 crore di jade ch extortion mangi gayi si. Usi case de vich assi ek parcha darj kita si oh 386506 de tehat PS sadar ch parcha darj hoya si. ਜਿਹੜੇ ACP ਕੈਂਟ ਸਾਹਿਬ ਹੈਗੇ SHO ਕੈਂਟ ਸਾਹਿਬ ਹੈ ਇਹਨਾਂ ਦੀ ਟੀਮ ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈਗਾ। ਇਹਨਾਂ ਨੇ ਟੈਕਨੀਕਲ ਸਪੋਰਟ ਨਾਲ ਉਹ ਜਿਹੜਾ ਹੈਗਾ ਥਰੈਟ ਕੋਲ ਹੈ ਉਹਨੂੰ ਸੋਲਵ ਕਰ ਲਿਆ ਹੈਗਾ। ਉਹਦੇ 'ਚ ਇੱਕ ਬੰਦਾ ਹੈਗਾ ਮੱਖਣ ਸਿੰਘ ਉਹ ਅਰੈਸਟ ਕਰ ਲਿਆ ਹੈਗਾ। ਜਿਹੜਾ ਬੰਦਾ ਮੇਨ ਅਕਿਊਜ਼ ਫੋਨ ਕਰਦਾ ਹੈਗਾ ਉਹ ਬੇਸਿਕਲੀ UK ਬੇਸਡ ਜਿਹੜਾ ਬੰਦਾ ਹੈ ਉਹਦਾ ਨਾਮ ਹੈ ਅਮਨਜੋਤ ਸਿੰਘ। ਉਹ UK ਬੇਸਡ ਹੈਗਾ ਐਂਡ UK ਤੋਂ ਕੋਲ ਕਰਦਾ ਹੈਗਾ। ਜਾਂ ਜਿਹੜਾ ਮੱਖਣ ਸਿੰਘ ਹੈ ਇਹਨੂੰ ਅਰੈਸਟ ਕਰਕੇ ਅਸੀਂ ਜਿਹੜਾ ਇਹਦੇ ਪੁੱਛਗਿੱਛ ਕਰਕੇ ਇਹਨੂੰ ਜੇਲ੍ਹ ਜਿਹੜਾ ਹੈਗਾ ਭੇਜ ਗਿਆ ਗਿਆ। ਬਾਕੀ ਇਹਦੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਕੀ ਹੈਗੇ ਇਹਨੇ ਉਹ ਕੀ ਕੁੱਲਾ ਕੀਤੀਆਂ ਉਹ ਇਨਵੈਸਟੀਗੇਸ਼ਨ ਦਾ ਪਾਰਟ। ਦੇਖੋ ਜੀ ਇਹ ਤੋਂ ਇਨਵੈਸਟੀਗੇਸ਼ਨ ਹੈ ਹਲੇ ਤੱਕ ਤਾਂ ਸਾਹਮਣੇ ਨਹੀਂ ਆਇਆ। ਹਲੇ ਤੱਕ ਤੋਂ ਸਾਹਮਣੇ ਆਇਆ ਕਿ ਜਿਹੜਾ ਬੰਦਾ ਹੈ ਜਿਹੜਾ ਜਿਹਨੇ ਕੋਲ ਕੀਤੀ ਜਿਹੜੇ ਇਹਨਾਂ ਨੂੰ ਜਾਣਨਾ ਨਹੀਂ ਸੀ ਜੀ। ਇਹਦੇ ਕੋਲ ਨੰਬਰ ਕਿੱਥੋਂ ਆਇਆ ਬਾਹਰ ਦਾ ਨੰਬਰ? ਦੇਖੋ ਅੱਜ ਇਹ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ। ਤੁਸੀਂ ਦੇਖ ਰਹੇ ਹੋਗੇ ਕਿ ਅੱਜ ਕੱਲ੍ਹ ਜਿਹੜਾ ਪੰਜਾਬ 'ਚ ਇੱਕ ਨਵਾਂ ਟ੍ਰੈਂਡ ਚੱਲ ਪਿਆ ਹੈਗਾ ਕਿ ਰੈਂਡਮ ਨੰਬਰ 'ਚ ਕੋਈ ਵੀ ਫੋਨ ਕਰ ਦਿੰਦਾ ਹੈਗਾ ਫਲਾਣੇ ਗੈਂਗਸਟਰ ਨਾਲ ਜਿਹੜਾ ਹੈਗਾ। ਇੱਕ ਹੀ ਹਿਸਾਬ ਨਾਲ ਬੇਸਿਕਲੀ ਜਿਹੜਾ ਹੈਗਾ ਇੱਕ ਟ੍ਰੈਂਡ ਚੱਲ ਪਿਆ ਹੈਗਾ। ਤੁਸੀਂ ਦੇਖਿਆ ਹੋਗਾ ਪਹਿਲਾਂ ਵੀ ਬੰਦੇ ਅਰੈਸਟ ਕੀਤੇ ਗਏ ਸੀ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਇਸ ਤਰੀਕੇ। ਤੋ ਕਾਇੰਡਲੀ ਮੇਰੀ ਵੀ ਇਹ ਬੇਨਤੀ ਹੈਗੀ ਕਿ ਇਸ ਅਗਰ ਇਸ ਤਰੀਕੇ ਦੀ ਕੋਲਾਂ ਕੋਈ ਆਉਂਦੀ ਹੈਗੀ ਕਿਨੂੰ ਵੀ ਤੋ ਕਾਇੰਡਲੀ ਉਹਨੂੰ ਘਬਰਾਈਏ ਨਾ, ਸਾਨੂੰ ਪੁਲਿਸ ਨੂੰ ਇਨਫੋਰਮ ਕਰੀਏ, ਅਸੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ। ਹਾਂਜੀ ਹਲੇ ਤੱਕ ਇਹਦੇ ਚ ਹੋ ਕੋਈ ਇਹਨਾਂ ਦਾ ਸਾਹਮਣੇ ਨਹੀਂ ਆਇਆ। ਬਾਕੀ ਅਸੀਂ ਪੁੱਛਗਿੱਛ ਕਰਾਂਗੇ ਕਿ ਨਹੀਂ ਨਹੀਂ ਐਜ਼ ਆਫ ਨਾਊ ਤੋਂ ਇਹਨਾਂ ਦਾ ਕੋਈ ਗੈਂਗ ਨਾਲ ਕੋਈ ਰਿਲੇਸ਼ਨ ਸਾਹਮਣੇ ਨਹੀਂ ਆਇਆ। ਮੇਨ ਪਾਰਟ ਹੈ ਕਿ ਉਹ ਹਲੇ ਤੱਕ ਜਿਹੜਾ ਕੇਸ ਦੇ ਵਿੱਚ ਹੈ ਉਹ ਬੈਨੀਫਿਸ਼ਰੀ ਵਿਆਹ ਹੈਗਾ, ਉਹਨੂੰ ਇਸ ਬਾਰੇ ਪਤਾ ਸੀ। ਬਾਕੀ ਇਹਨੇ ਕੀ ਕਰਨਾ ਸੀ ਉਹ ਅਸੀਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਚ ਮੱਖਣ ਇਜ਼ ਬੇਸਿਕਲੀ ਫਾਰਮਰ ਕਿਸਾਨ ਹੈਗਾ ਉਹ ਨੌਰਥ ਦੇ ਅੰਦਰ।